ਇਹ ਪੁਰਾਤਨ ਸਰੂਪ ਹੱਥ ਲਿਖਤ ਪ੍ਰਬੰਧਕ ਜਨ ਉਹਨਾਂ ਨਾਲ ਆਪਾਂ ਵਿਚਾਰ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਮਹਾਰਾਜ ਜੀ, ਇਹ ਪੁਰਾਤਨ ਸਰੂਪ ਦਰਸ਼ਨ ਹੋ ਰਹੇ ਆ ਅਤੇ ਇਹਨਾਂ ਬਾਰੇ ਜਾਣਕਾਰੀ ਦਿਓ ਪਾਤਸ਼ਾਹ ਜੀ ਬਾਰੇ। ਸਭ ਤੋਂ ਪਹਿਲਾਂ ਇਹ ਪਵਿੱਤਰ ਸਥਾਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਇਤਿਹਾਸਿਕ ਸਥਾਨ ਹੈ। ਇਹ ਸ਼੍ਰੀ ਗੁਰੂ ਤੇਗ ਬਹਾਦਰ ਇਤਿਹਾਸਿਕ ਨਗਰ ਸਰਦਾਰ ਨਗਰ ਲਛਮੀਪੁਰ ਕਠਿਆਰ ਵਿਖੇ ਇਹ ਪਵਿੱਤਰ ਸਥਾਨ ਹੈ ਬਿਹਾਰ ਵਿੱਚ। ਸਭ ਤੋਂ ਪਹਿਲਾਂ ਇੱਥੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਤਿੱਬਤ ਦਾ ਯਾਤਰਾ ਚੀਨ ਦਾ ਯਾਤਰਾ ਨੂੰ ਗਏ ਸਨ, ਇਸ ਬਿਹਾਰ ਦੇ ਧਰਤੀ ਨੂੰ ਪਾਗ ਲਾਉਂਦੇ ਹੋਏ ਇੱਥੇ ਦੇ ਜਿੰਨੇ ਵੀ ਰਹਿਣ ਵਾਲੇ ਆਪਣੇ ਬਿਹਾਰ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਗੁਰੂ ਨਾਲ ਜੋੜਿਆ, ਪਰ ਪਰਮਾਤਮਾ ਦੇ ਨਾਲ ਜੋੜ ਕੇ ਸੱਚ ਦਾ ਉਪਦੇਸ਼ ਦੇ ਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਬਣਵਾਏ। ਉਹਨਾਂ ਦੇ ਬਾਅਦ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੌਵੀਂ ਪਾਤਸ਼ਾਹ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪੰਜਾਬ ਤੋਂ ਚੱਲ ਕੇ ਯੂਪੀ ਦਿੱਲੀ ਹੁੰਦੇ ਹੋਏ ਯੂਪੀ ਬਿਹਾਰ ਦੇ ਕਈ ਥਾਵਾਂ ਤੋਂ ਹੁੰਦੇ ਹੋਏ ਤਖ਼ਤ ਸ਼੍ਰੀ ਪਟਨਾ ਸਾਹਿਬ ਜਿੱਥੇ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਆ ਕੇ ਸਾਲਸ ਰਾਏ ਜੋਹਰੀ ਨੂੰ ਆਪਣਾ ਸਿੱਖ ਬਣਾਇਆ ਸੀ, ਉਸ ਗੁਰੂ ਦਾ ਘਰ ਵਿਖੇ ਆਪਣੇ ਪਰਿਵਾਰ ਸਹਿਤ ਮਾਮਾ ਕਿਰਪਾਲ ਚੰਦ ਆਪਣੇ ਪਰਿਵਾਰ ਦੇ ਨਾਲ ਉਸ ਪਟਨਾ ਸਾਹਿਬ ਵਿੱਚ ਪਰਿਵਾਰ ਨੂੰ ਰੱਖ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਫਿਰ ਧੋਬਰੀ ਸਾਹਿਬ ਜੋ ਉੱਥੇ ਦੇ ਰਾਜੇ ਦਾ ਸੁਲਾਹ ਕਰਨ ਵਾਸਤੇ ਉਹਨਾਂ ਦੀ ਬੇਨਤੀ ਸੁਣ ਕੇ ਗੁਰੂ ਸਾਹਿਬ ਧੋਬਰੀ ਸਾਹਿਬ ਗਏ ਸਨ, ਇਸ ਅਸਥਾਨ ਨੂੰ ਹੁੰਦੇ ਹੋਏ ਗਏ ਸਨ ਜੋ ਅਸਥਾਨ ਕੁੰਤਲ ਨਗਰ ਆਪ ਜੀ ਨੂੰ ਪਤਾ ਹੋਏਗਾ, ਪਹਿਲਾਂ ਨਦੀ ਦੇ ਕੰਢੇ ਕੰਢੇ ਉਹ ਅਸਥਾਨ ਹੋਇਆ ਕਰਦਾ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਈ ਦਿਨਾਂ ਰਹਿ ਕੇ ਇੱਥੋਂ ਦੇ ਸੰਗਤ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਸੱਚ ਦੇ ਨਾਲ ਜੋੜ ਕੇ ਬਾਣੀ ਦੇ ਨਾਲ ਜੋੜ ਕੇ ਅਤੇ ਅੰਧ ਵਿਸ਼ਵਾਸ ਤੋਂ ਦੂਰ ਕਰਕੇ ਭਰਮ ਭੁਲੇਖੇ ਤੋਂ ਦੂਰ ਕਰਕੇ ਸੱਚ ਦਾ ਮਾਰਗ ਦੱਸਿਆ ਸੀ ਅਤੇ ਉੱਥੇ ਸਮਾਪਤੀ ਦੇ ਬਾਅਦ ਕੜਾ ਪ੍ਰਸਾਦ ਵੜਦਾ ਸੀ ਤਾਂ ਉਸ ਅਸਥਾਨ ਦਾ ਨਾਂ ਜਿਹੜਾ ਘਾਟ ਸੀ ਉਹ ਕੜਾ ਪ੍ਰਸਾਦ ਕਰਕੇ ਕੜਾ ਗੋਲਾ ਘਾਟ ਪੈ ਗਿਆ, ਸਟੇਸ਼ਨ ਦਾ ਨਾਂ ਬਾਅਦ 'ਚ ਕੜਾ ਗੋਲਾ ਸਟੇਸ਼ਨ ਪੈ ਗਿਆ। ਉਹ ਅਸਥਾਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਜਿੱਥੇ ਆਏ ਸਨ ਉਹ 1857 ਵਿੱਚ ਵਿਲੀਨ ਹੋ ਗਏ। ਸਾਰੀ ਸੰਗਤ ਨੇ ਉੱਥੋਂ ਆ ਕੇ ਫਿਰ ਲਛਮੀਪੁਰ ਜਿੱਥੇ ਇਹ ਅਸਥਾਨ ਹੈ ਉੱਥੇ ਤਾਂ ਮੱਟੀ ਲਾ ਕੇ ਬਹੁਤ ਸਤਿਕਾਰ ਦੇ ਨਾਲ ਜਿੰਨੇ ਵੀ ਹੁਕਮਨਾਮੇ ਸਨ ਉਹ ਇੱਥੇ ਲਾ ਕੇ 1857 ਵਿੱਚ ਇਹ ਅਸਥਾਨ ਨੂੰ ਬਣਾਇਆ। ਇਹ ਅਸਥਾਨ ਬਹੁਤ ਚੜ੍ਹਦੀ ਕਲਾ ਵਿੱਚ ਇਤਿਹਾਸਿਕ ਅਸਥਾਨ ਹਨ। ਇੱਥੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਸਤ ਲਿਖਤ ਹੁਕਮਨਾਮਾ ਸਾਹਿਬ ਜੋ ਕਿ ਮਾਛੀਵਾੜੇ ਤੋਂ ਭੇਜੇ ਨੇ ਸੰਗਤ ਦੇ ਨਾਂ ਉਹ ਵੀ ਇੱਥੇ ਹਨ, ਆਪ ਜੀ ਦਰਸ਼ਨ ਕਰੋਗੇ। ਇੱਥੇ ਇੱਕ ਹੁਕਮਨਾਮਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਕੇਸਗੜ੍ਹ ਤੋਂ ਇੱਥੇ ਦੇ ਸੰਗਤ ਨੂੰ ਭੇਜੇ ਨੇ ਉਹ ਵੀ ਆਪ ਜੀ ਦਰਸ਼ਨ ਕਰੋਗੇ। ਅਤੇ ਅੰਤਮ ਸਮਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਦਾ ਜੋ ਨਾਂਦੇੜ ਸੱਚਖੰਡ ਹਜ਼ੂਰ ਸਾਹਿਬ ਵਿਖੇ ਜੋ ਅੰਤਿਮ ਸਮਾਂ ਇੱਕ ਪਠਾਨ ਕਿਸ ਤਰ੍ਹਾਂ ਉਹਨਾਂ ਨੂੰ ਧੋਖੇ ਨਾਲ ਵਾਰ ਕੀਤਾ ਇਤਿਹਾਸ ਸਾਰਿਆਂ ਨੂੰ ਮਾਲੂਮ ਹੈ। ਉਹ ਇੱਥੇ ਦੇ ਰਹਿਣ ਵਾਲੇ ਮੰਗਲ ਸਿੰਘ ਜੀ ਗੁਰੂ ਸਾਹਿਬ ਦੇ ਨਾਲ ਰਹਿੰਦੇ ਸਨ, ਭਾਈ ਮੰਗਲ ਸਿੰਘ ਜੀ ਇੱਥੇ ਦੇ ਰਹਿਣ ਵਾਲੇ ਸਨ। ਸਾਡੇ ਬਜ਼ੁਰਗ ਗੁਰੂ ਤੇਗ ਬਹਾਦਰ ਜੀ ਦੇ ਬਾਅਦ ਦਸਮ ਪਿਤਾ ਸਾਹਿਬ ਸੀ ਗੁਰੂ ਗੋਬਿੰਦ ਸਿੰਘ ਦੇ ਅੰਤਮ ਸਮੇਂ ਤੱਕ ਉਹਨਾਂ ਦੇ ਨਾਲ ਹਜ਼ੂਰੀ ਵਿੱਚ ਰਹਿੰਦੇ ਸਨ। ਭਾਈ ਮੰਗਲ ਸਿੰਘ ਜੀ ਅੱਖੋ ਡਿੱਟਾ ਹਾਲ ਇੱਥੇ ਦੇ ਸੰਗਤ ਨੂੰ ਭੇਜੇ ਨੇ, ਕਿਸ ਤਰ੍ਹਾਂ ਪਠਾਨ ਆਇਆ 2 ਦਿਨ 2 ਰੁਪਏ ਦਿੱਤੇ ਗੁਰੂ ਸਾਹਿਬ, ਫਿਰ ਰੇਵੜੀ ਪ੍ਰਸਾਦ ਦਿੱਤੇ, ਫਿਰ ਇੱਕ ਦਿਨ 5 ਰੁਪਏ ਦਿੱਤਾ ਅਤੇ ਉਹਨਾਂ ਨੇ ਧੋਖੇ ਨਾਲ ਗੁਰੂ ਸਾਹਿਬ ਨੂੰ ਵਾਰ ਕੀਤੇ ਸਨ। ਸਾਰੇ ਅੱਖੋ ਡਿੱਠਾ ਹਾਲ ਇੱਥੇ ਚਿੱਠੀ ਭੇਜੇ ਨੇ ਭਾਈ ਮੰਗਲ ਸਿੰਘ ਜੀ ਇੱਥੇ ਦੇ ਰਹਿਣ ਵਾਲੇ। ਇੱਥੇ ਲਗਭਗ 7-8 ਹਜ਼ਾਰ ਦੀ ਆਬਾਦੀ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੇ ਵੱਸਦੇ ਨੇ। ਪੁਰਾਤਨ
400 ਸਾਲ ਪਹਿਲਾਂ ਤੋਂ ਇੱਥੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਸਨ, ਪਹਿਲਾਂ ਗੁਰੂ ਨਾਨਕ ਦੇਵ ਜੀ ਆਏ ਸਨ, ਤਦੋਂ ਤੋਂ ਸਿੱਖੀ ਇੱਥੇ ਚੜ੍ਹਦੀ ਕਲਾ ਵਿੱਚ ਹੈ। 10-12 ਪਿੰਡਾਂ ਵਿੱਚ ਸਿੱਖ ਵਸਦੇ ਨੇ, ਕਰੀਬਨ 7-8 ਹਜ਼ਾਰ ਦੀ ਆਬਾਦੀ। ਪਿੰਡਾਂ ਦਾ ਨਾਮ ਨੇ ਕਿ ਵੀ ਜੋ ਸਿੱਖਾਂ ਦਾ ਪਿੰਡ, ਸਭ ਤੋਂ ਵੱਡਾ ਪਿੰਡ, ਇਤਿਹਾਸਿਕ ਅਸਥਾਨ ਜੋ ਲਛਮੀਪੁਰ, ਇਤਿਹਾਸਿਕ ਨਗਰ ਹਨ, ਇੱਥੇ ਕਰੀਬਨ 500 ਕਰ ਸਿੱਖ ਦੀ ਆਬਾਦੀ ਹੈ। ਅਤੇ ਆਲੇ ਦੁਆਲੇ 2 ਕਿਲੋ 5 ਕਿਲੋ 10 ਕਿਲੋ ਦੇ ਲਾਗੇ ਸਾਗੇ ਜਿੰਨੇ ਵੀ ਪਿੰਡ ਹਨ, ਉੱਥੇ 50 ਘਰ 40 ਘਰ 20 ਘਰ ਸਿੱਖ ਰਹਿੰਦੇ ਨੇ। ਜਿਸ ਤਰ੍ਹਾਂ ਗੁਰੂ ਬਾਜ਼ਾਰ, ਬਾਜ਼ਾਰ ਹੈ ਉਹ ਗੁਰੂ ਦੇ ਨਾਂ 'ਚ ਕਾਇਮ ਕੀਤਾ ਗਿਆ ਹੈ, ਗੁਰੂ ਦੇ ਨਾਮ 'ਚ ਗੁਰੂ ਬਾਜ਼ਾਰ ਵਿੱਚ ਵੀ ਸਿੱਖ ਵਸਦੇ ਨੇ। ਉੱਥੇ ਵੀ ਗੁਰਦੁਆਰਾ ਸਾਹਿਬ ਹੈ, ਉਚਲਾ ਜੋ ਇੱਥੋਂ 4 ਕਿਲੋਮੀਟਰ ਹੈ, ਉੱਥੇ ਵੀ 30-40 ਘਰ। ਅਤੇ ਸਾਰੇ ਸਿੱਖ ਦਾ ਕੰਮ ਇੱਥੇ ਜ਼ਮੀਨ, ਗੁਰੂ ਮਹਾਰਾਜ ਦੇ ਕਿਰਪਾ ਨਾਲ ਕਾਫੀ ਜ਼ਮੀਨ ਹੈ, ਸਾਰੇ ਸਿੱਖ ਇੱਥੇ ਖੇਤੀ ਕਰਦੇ ਨੇ, ਆਪਣੀ ਖੇਤੀ ਹੈ। ਕੁੰਤਲ ਲੰਗਰ, ਲੱਖਾਂ ਏਕੜ ਜ਼ਮੀਨ ਜਿਹਾ ਹੈ ਉਹ ਸਿੱਖਾਂ ਦੀ ਹੈ। ਅਤੇ ਇੱਥੋਂ ਲਾਗੇ ਹੀ ਪਿੰਡ ਹੁਸੈਣਾ ਪੈਂਦਾ ਹੈ, ਭੰਡਾਰਤਲ ਮਾਤਾ ਮੁਖ ਗੁਰ ਸੰਪਤਵ ਕੋ ਗੁਰਦੁਆਰਾ, ਵੱਡਾ ਗੁਰਦੁਆਰਾ ਬਣਿਆ ਹੈ। ਕੁੰਤਲ ਨਗਰ ਜਿਹੜੇ ਅਸਥਾਨ ਸਨ ਉਹ ਕੱਟ ਚੁੱਕੇ, ਉਹ 1666 ਵਿੱਚ ਗੁਰੂ ਸਾਹਿਬ ਆਏ ਸਨ, ਉਹਨਾਂ ਦੇ 150 ਸਾਲ ਬਾਅਦ ਉਹ ਅਸਥਾਨ ਗੁਰੂ ਸਾਹਿਬ ਜਿਹੜਾ ਨਦੀ ਦੇ ਕੰਢਾ ਪੈਂਦਾ ਸੀ ਉਹ ਕੱਟਣ ਕਰਕੇ ਉਹ ਅਸਥਾਨ ਤੋਂ ਸਾਰੇ ਫਿਰ ਇਸ ਇਲਾਕੇ ਵਿੱਚ ਵਸੇ ਨੇ। ਅਤੇ ਅੰਤ ਉਹਨਾਂ ਦੇ ਚਰਨ ਧੂੜ ਅਸਥਾਨ, ਇਤਿਹਾਸਿਕ ਅਸਥਾਨ ਲਛਮੀਪੁਰ, ਜਿੱਥੇ ਸੰਗਤ ਨੇ ਉੱਥੇ ਅਰਦਾਸ ਕਰਕੇ ਉੱਥੇ ਦੇ ਪਾਵਨ ਮੱਟੀ ਲਾ ਕੇ ਹੁਕਮਨਾਮਾ ਸਾਹਿਬ ਦਸਮ ਪਿਸ਼ਾਦ ਜੀ ਦਾ ਪਾਵਨ ਵੀਰ ਜੋ ਆਪ ਜੀ ਦਰਸ਼ਨ ਕੀਤੇ ਹੋ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਇੱਥੇ ਦੇ ਬਜ਼ੁਰਗ ਸਾਡੇ ਹੱਥ ਲਿਖਿਤ ਗੁਰੂ ਗ੍ਰੰਥ ਸਾਹਿਬ ਲਿਖਦੇ ਸਨ, ਬੜੇ ਵਿਦਵਾਨ ਸਨ, ਗੁਰੂ ਦੀ ਕਿਰਪਾ ਗੁਰੂ ਦੇ ਨਾਲ ਰਹਿੰਦੇ ਸਨ। ਹੱਥ ਲਿਖਿਤ ਗੁਰੂ ਗ੍ਰੰਥ ਸਾਹਿਬ ਜੀ ਜਦੋਂ ਵਪਾਰ ਕਰਦੇ ਸਨ ਢਾਕਾ ਕਲਕੱਤੇ ਵੱਲ, ਤਾਂ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਿਪ 'ਚ ਇੱਕ ਨਾਂਵ 'ਚ ਉਹ ਰੱਖਦੇ ਸਨ, ਦਰਸ਼ਨ ਕਰਕੇ ਫਿਰ ਜਲ ਪਾਣੀ ਛਕਦੇ ਸਨ। ਇੱਕ ਵਾਰੀ ਦੀ ਘਟਨਾ ਹੈ, ਬਹੁਤ ਹਾੜ ਦਾ ਪਾਣੀ ਅਤੇ ਆਂਧੀ ਤੂਫਾਨ ਹੋਣ ਕਰਕੇ ਉਹ ਜੋ ਸਿਪ ਵਿੱਚ ਮਹਾਰਾਜ ਪ੍ਰਕਾਸ਼ ਸਨ ਉਹ ਪਲਟ ਗਏ, ਉਹਦੇ ਕਰਕੇ ਗੁਰੂ ਸਾਹਿਬ ਦਾ ਜੋ ਸਰੂਪ ਸਨ ਸੰਤੁਖਿਆ ਹੋਇਆ, ਉਹ ਅਲੋਪ ਹੋ ਗਏ। ਕਈ ਸਿੱਖਾਂ ਨੇ ਕੋਸ਼ਿਸ਼ ਕੀਤੇ ਪਰ ਹਾੜ ਦਾ ਪਾਣੀ ਬਹੁਤ ਜ਼ਿਆਦਾ ਚੜਿਆ ਹੋਇਆ ਸੀ। ਕਈ ਮਹੀਨੇ ਬਾਅਦ ਸਿੱਖਾਂ ਨੇ ਕੋਸ਼ਿਸ਼ ਕਰਕੇ ਫਿਰ ਗੁਰੂ ਸਾਹਿਬ ਦੇ ਦਰਸ਼ਨ ਹੋਏ, ਉਹ ਰੁਮਾਲ ਵਿੱਚ ਉਸੇ ਤਰ੍ਹਾਂ ਸੀ ਕਿ ਗੁਰੂ ਸਾਹਿਬ ਦਾ ਜੋ ਹੁਣ ਦਰਸ਼ਨ ਕੀਤੇ ਹੋ। ਇਹਦੇ 'ਚ ਸਿਆਹੀ ਦੀ ਵਿਧੀ ਵੀ ਲਿਖੀ ਹੋਈ ਹੈ, ਕਦੋਂ ਗੁਰੂ ਸਾਹਿਬ ਲਿਖਣਾ ਸ਼ੁਰੂ ਕੀਤਾ ਸਾਡੇ ਬਜ਼ੁਰਗ ਨੇ, ਕਦੋਂ ਸਮਾਪਤੀ ਹੋਈ, ਸਿਆਹੀ ਦੀ ਵਿਧੀ ਕਿਸ ਤਰ੍ਹਾਂ ਸਿਆਹੀ ਬਣਾਇਆ ਗਿਆ, ਸਾਰੇ ਕੁਝ ਇਹਦੇ ਵਿੱਚ ਲਿਖੇ ਹੋਏ ਨੇ। ਇਹ ਬਹੁਤ ਇਹਦੇ ਵਿੱਚ ਸਖਤੀ ਗੁਰੂ ਸਾਹਿਬ ਦਾ ਬਾਣੀ ਦਾ, ਸੰਗਤ ਨੂੰ ਇਹ ਦਰਸ਼ਨ ਕਰਕੇ ਬਹੁਤ ਜੋ ਵੀ ਮੰਗਤਾ ਕਰਦੇ ਨੇ ਉਹ ਪੂਰੇ ਹੁੰਦੇ ਨੇ, ਕਿਉਂਕਿ ਇਹ ਗੰਗਾ ਦੇ ਰਹਿਣ ਕਰਕੇ 4 ਮਹੀਨੇ ਬਾਅਦ ਵੀ ਗੁਰੂ ਗ੍ਰੰਥ ਸਾਹਿਬ ਜੀ ਬਿਲਕੁਲ ਉਸੇ ਤਰ੍ਹਾਂ ਹੈਗਾ ਅਤੇ ਦਰਸ਼ਨ ਕਰਦੇ ਨੇ ਸੰਗਤ, ਮਨੋਕਾਮਨਾ ਸੰਗਤ ਦਾ ਪੂਰੇ ਹੁੰਦੇ ਨੇ। ਲੋਕ ਦੂਰੋਂ ਦੂਰੋਂ ਆ ਕੇ ਪੂਰੇ ਸੰਸਾਰ ਤੋਂ ਇੱਥੇ ਗੁਰੂ ਗ੍ਰੰਥ ਸਾਹਿਬ ਦਰਸ਼ਨ ਕਰਦੇ ਨੇ। ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਬਾਣੀ, ਹੁਕਮਨਾਮਾ ਸਾਹਿਬ ਮਾਛੀਵਾੜੇ ਤੋਂ, ਆਨੰਦਪੁਰ ਸਾਹਿਬ ਤੋਂ ਜੋ ਹੁਕਮਨਾਮਾ ਸਾਹਿਬ ਹਨ, ਹੋਰ ਵੀ ਕਈ ਹੁਕਮਨਾਮਾ ਸਾਹਿਬ ਇੱਥੇ ਹਨ। ਇੱਥੇ ਦਿਨ ਕੀ ਮਨਾਇਆ ਜਾਂਦਾ? ਇੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਹੀਦੀ ਪੁਰਬ ਬਹੁਤ ਹੀ ਜ਼ੋਰ ਸ਼ੋਰ ਦੇ ਮਨਾਉਂਦੇ ਨੇ। ਸੰਗਤ ਪੂਰੇ ਸੰਸਾਰ ਭਰ ਤੋਂ ਇੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੇ ਹਨ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਨ ਸ਼ਹੀਦੀ ਪੁਰਬ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ। ਉਹਦਾ ਸਾਰੇ ਗੁਰਪੁਰਬ ਇਸ ਪਵਿੱਤਰ ਅਸਥਾਨ ਵਿਖੇ ਮਨਾਉਂਦੇ ਨੇ। ਇਲਾਕੇ ਦੇ ਵੀ ਜਿੰਨੇ ਗੁਰਦੁਆਰੇ ਸਾਹਿਬ ਹੈ ਉੱਥੇ ਵੀ ਗੁਰਪੁਰਬ ਆਪਣੋ ਆਪਣੇ ਜੋ ਵੰਡੇ ਹੋਏ ਨੇ ਉੱਥੇ ਮਨਾਉਂਦੇ ਨੇ। ਸਾਰੇ ਸੰਗਤ ਉੱਥੇ ਤੋਂ ਇੱਥੇ ਆਉਂਦੇ ਨੇ, ਇੱਥੇ ਤੋਂ ਉੱਥੇ ਜਾਂਦੇ ਨੇ। ਚੜ੍ਹਦੀ ਕਲਾ ਵਿੱਚ ਸਿੱਖ ਇੱਥੇ ਰਹਿੰਦੇ ਨੇ ਅਤੇ ਚੜ੍ਹਦੀ ਕਲਾ ਵਿੱਚ ਸਿੱਖੀ ਕਾਇਮ ਹੈ। ਸਾਰੇ ਗੁਰਸਿੱਖ ਮਿਲਣਗੇ, ਅੰਮ੍ਰਿਤਧਾਰੀ ਮਿਲਣਗੇ ਅਤੇ ਸਾਰੇ ਬਹੁਤ ਹੀ ਗੁਰੂ ਘਰ ਨਾਲ ਜੁੜੇ ਹੋਏ ਨੇ। ਬਿਹਾਰ ਵਿੱਚ ਪਟਨੇ ਸਾਹਿਬ ਜੋ ਕਿ ਤਖਤ ਪਟਨਾ ਸਾਹਿਬ ਹੈ, ਬਿਹਾਰ ਵਿੱਚ ਸਭ ਤੋਂ ਵੱਧ ਸਿੱਖ ਇਸ ਇਲਾਕੇ ਵਿੱਚ ਬਿਹਾਰ 'ਤੇ ਵਸਦੇ ਨੇ, ਕਠਿਆਰ ਡਿਸਟ੍ਰਿਕਟ ਵਿੱਚ।
ਪਟਨੇ ਸਾਹਿਬ ਵੀ ਉਹਨਾਂ ਸਿੱਖ ਸੰਗਤ ਨਹੀਂ ਹੈ ਜਿੰਨਾ ਇੱਥੇ ਰਹਿੰਦੇ ਨੇ ਇਲਾਕੇ ਵਿੱਚ, ਅਤੇ ਅੱਜ ਤੋਂ ਨਹੀਂ ਰਹਿ ਰਹੇ 400 ਸਾਲ ਪਹਿਲਾਂ ਤੋਂ ਇੱਥੇ ਸਿੱਖੀ ਕਾਇਮ ਹੈ ਅਤੇ ਚੜ੍ਹਦੀ ਕਲਾ ਵਿੱਚ ਹੈ। ਸੰਗਤ ਜਿੰਨੇ ਵੀ ਪੰਜਾਬ ਤੋਂ ਆਉਂਦੇ ਹਨ ਦਰਸ਼ਨਾਂ ਵਾਸਤੇ ਪਟਨੇ ਸਾਹਿਬ, ਧੋਬੜੀ ਸਾਹਿਬ, ਉਹ ਇੱਥੇ ਜ਼ਰੂਰ ਆਉਂਦੇ ਹਨ ਇੱਥੇ ਆ ਕੇ ਦਰਸ਼ਨ ਕਰਕੇ। ਇੱਕ ਇੱਥੇ ਸੰਤਾਂ ਦਾ ਵੀ ਡੇਰਾ ਆ, ਇੱਕ ਇੱਥੇ ਸੰਤ ਬਾਬਾ ਰਾਮ ਸਿੰਘ ਜੀ ਝਾੜੂ ਵਾਲੇ ਦਾ ਤਪ ਅਸਥਾਨ ਹੈ। ਅੱਜ ਤੋਂ 60 ਸਾਲ ਪਹਿਲਾਂ ਤਖ਼ਤ ਤਖ਼ਤ ਪਟਨਾ ਸਾਹਿਬ ਸੰਤ ਬਾਬਾ ਰਾਮ ਸਿੰਘ ਜੀ ਕਰ ਸੇ ਉਹਨਾਂ ਨੇ ਸੇਵਾ ਕਰਦੇ ਸਨ, ਝਾੜੂ ਮਾਰਦੇ ਸਨ, ਬਹੁਤ ਹੀ ਕਰਨੀ ਵਾਲੇ ਸੰਤ ਜੀ ਸਨ, ਉਹ ਜਪ ਤਪ ਕਰਦੇ ਸਨ। ਉਹਨਾਂ ਨੇ ਇੱਥੇ ਵੀ ਆ ਕੇ ਆਪਣੇ ਚਰਨ ਪਾਵੇ। 40 ਦਿਨ ਤੱਕ ਇੱਥੋਂ ਅੱਧਾ ਕਿਲੋਮੀਟਰ 'ਚ ਉਹ ਅਸਥਾਨ ਹੈ ਨਦੀ ਦੇ ਕੰਢੇ, ਉੱਥੇ 40 ਦਿਨ ਦੇ ਘੋਰ ਜਪ ਤਪ ਕੀਤੇ ਸਨ, ਬਹੁਤ ਵੱਡਾ ਸਮਾਗਮ ਹੋਇਆ ਸੀ। 40 ਦਿਨ ਤੱਕ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਗਤ ਵੀ ਬਹੁਤ ਹੀ ਬਾਬਾ ਜੀ ਦੇ ਨਾਲ ਨਾਲ ਜਾਪ ਕਰਦੇ ਸਨ। ਬਾਬਾ ਜੀ ਬਹੁਤ ਹੀ ਉੱਥੇ 40 ਦਿਨ ਤਪ ਕੀਤੇ ਸਨ। ਉਹਨਾਂ ਦਾ ਅਸਥਾਨ ਦੀ ਵੀ ਸੇਵਾ ਹੋ ਰਹੀ ਹੈ। ਉਹ ਅਸਥਾਨ ਨਦੀ ਦੇ ਕੰਢੇ ਕਰਕੇ ਨਹੀਂ ਬਣ ਸਕਿਆ, ਹੁਣ ਉਹਦੇ ਵਿੱਚ ਬਹੁਤ ਹੀ ਨਦੀ ਦੇ ਕੰਢੇ ਹੋਣ ਕਰਕੇ ਉਹਨਾਂ ਨੂੰ ਬਹੁਤ ਹੀ ਵਧੀਆ ਕਰਕੇ ਉਹਨਾਂ ਨੂੰ ਮਜ਼ਬੂਤੀ ਨਾਲ ਬਣਾਇਆ ਜਾ ਰਿਹਾ ਹੈ। ਘਰ ਸੇਵਾ ਚੱਲ ਰਹੀ ਹੈ, ਘਰ ਸੇਵਾ ਦੇ ਉਸਾਰੀ ਵਿੱਚ ਸੰਗਤ ਤਨ ਮਨ ਧਨ ਤੋਂ ਸੇਵਾ ਕਰਕੇ ਬਾਬਾ ਜੀ ਦਾ ਜੋ ਅਸਥਾਨ ਹੈ ਉਹ ਨਦੀ ਦੇ ਕੰਢੇ ਉਹ ਬਣਾਇਆ ਜਾ ਰਿਹਾ ਹੈ। ਇਸ ਅਸਥਾਨ ਦਾ ਕੰਟੈਕਟ ਨੰਬਰ ਵੀ ਆਪ ਜੀ ਬੋਲ ਸਕਦੇ ਹੋ? ਇਹ ਅਸਥਾਨ ਜੋ ਹੈ ਇਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਵਿੱਤਰ ਅਸਥਾਨ ਹੈ। ਇੱਥੇ ਇਹ ਜੋ ਬਿਹਾਰ ਟੂਰਿਜ਼ਮ ਹੈ, ਜੋ ਬਿਹਾਰ ਸਰਕਾਰ ਉਹਦੇ ਨਾਲ ਵੀ ਜੁੜਿਆ ਹੋਇਆ ਹੈ, ਅਤੇ ਬਿਹਾਰ ਸਰਕਾਰ ਸੰਤ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਦਿੱਲੀ ਵਾਲੇ ਜੋ ਆਪ ਸਾਰਿਆਂ ਨੂੰ ਪਤਾ ਹੈ ਪੂਰੇ ਸੰਸਾਰ ਦੇ ਗੁਰਦੁਆਰੇ ਸਾਹਿਬ ਦੀ ਸੇਵਾ ਕਰਦੇ ਨੇ, ਇਹ ਪਵਿੱਤਰ ਅਸਥਾਨ ਦਾ ਵੀ ਸੇਵਾ ਉਹਨਾਂ ਨੇ ਨਵੀਂ ਉਸਾਰੀ ਜੋ ਪਹਿਲਾਂ ਦਾ ਸੀ ਉਹ ਬਿਲਡਿੰਗ ਗੁਰਦੁਆਰੇ ਸਾਹਿਬ ਉਹ ਬਹੁਤ ਪੁਰਾਤਨ ਕਰਕੇ ਉਹ ਬਿਰਧ ਹੋ ਕੇ ਉਹਨਾਂ ਨੂੰ ਉਸਾਰ ਕੇ ਫਿਰ ਨਵਾਂ ਜੋ ਕਾਰ ਸੇਵਾ ਸੰਤ ਬਾਬਾ ਜੋ ਹਰਬੰਸ ਸਿੰਘ ਜੀ ਕਾਰ ਸੇਵਾ ਬਾਬਾ ਬੀਰਾ ਜੀ ਵੱਲੋਂ ਹੋਈ ਹੈ ਅੱਜ ਤੋਂ 7 ਸਾਲ ਪਹਿਲਾਂ। ਬੇਨਤੀ ਹੈ ਕਿ ਵੀ ਹੁਕਮਨਾਮਾ ਸਾਹਿਬ ਜੀ ਦੇ ਦਰਸ਼ਨ ਕਰਾ ਸਕਦੇ? ਹਾਂਜੀ, ਹੁਕਮਨਾਮਾ ਸਾਹਿਬ ਜੀ ਆਪ ਜੀ ਦਰਸ਼ਨ ਕਰਾਏ ਜਾਣਗੇ, ਜੋ ਕਿ ਬਹੁਤ ਹੀ ਇੱਥੇ ਦੇ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਿਆਰ ਕਰਦੇ ਹੋਏ ਜਦੋਂ ਸਿੱਖ ਆਪਣੇ ਪਿੰਡ ਆਉਂਦੇ ਸਨ ਗੁਰੂ ਸਾਹਿਬ ਦੇ ਹਜ਼ੂਰੀ ਤੋਂ ਉਹਨਾਂ ਨੂੰ ਇੱਥੇ ਦੇ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੁਕਮਨਾਮੇ ਸਾਹਿਬ ਭੇਜਦੇ ਸਨ, ਸੰਗਤ ਨੂੰ ਆਪਣੇ ਪਿਆਰ ਬਖਸ਼ਦੇ ਸਨ। ਆਪ ਜੀ ਹੁਕਮਨਾਮੇ ਸਾਹਿਬ ਦੇ ਦਰਸ਼ਨ ਕਰੋਗੇ ਜੀ। ਬੋਲੇ ਸੋ ਨਿਹਾਲ ਸ੍ਰੀ ਅਕਾਲ। ਮਾਛੀ ਵਾਲੇ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇੱਥੋਂ ਦੇ ਸੰਗਤ ਨੂੰ ਭੇਜੇ ਹਨ। ਆਪ ਜੀ ਨੂੰ ਇਹਨਾਂ ਨੂੰ ਜੋ ਇਹ ਜਿਹੜਾ ਲਿਖੀ ਹੋਈ ਹੈ ਉਹ ਅਸੀਂ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਾਂਗਾ। ਇਹ ਜਿਹੜਾ ਉਹਦੇ ਵਿੱਚ ਸਿਗਨੇਚਰ ਹੈ ਉਹ ਆਪਣਾ ਤੀਰ ਦੇ ਨਾਲ ਉਹਨਾਂ ਦਾ ਜੋ ਦੇਖ ਲਓ ਜੀ ਸਟੇਪ ਕਰਕੇ। ਹਾਂਜੀ, ਇੱਕ ਓਂਕਾਰ ਸਿੱਖ ਸਿੱਖਣੀ, ਇੱਕ ਓਂਕਾਰ ਸਤਿਗੁਰੂ ਸ੍ਰੀ ਸਤਿਗੁਰੂ ਜੀ ਕੇ ਪਿਆਰੇ ਸਤਿਗੁਰੂ ਜੀ ਸੰਗਤ ਜੀ ਮਛੀਵਾਨੇ ਕਿ ਗੁਰੂ ਕੀ ਆ ਖੁਸ਼ੀ ਹੈ, ਗੁਰੂ ਗੁਰੂ ਜਪਣਾ ਜਨਮ ਸਵਾਰੇਗਾ, ਸਰਵ ਸੰਗਤ ਨੂੰ ਮੇਰਾ ਹੁਕਮ ਹੈ, 80 ਤੋਲੇ ਸੋਨਾ ਗੁਰ ਫਰਮਾਇਆ, ਗੁਰੂ ਇਸ ਕਰਕੇ ਹੁੰਡੀ ਕਰਾਈ ਭੇਜਣੀ, ਸਰਬਤ ਖਾਲਸਾ ਨੂੰ ਮੇਰਾ ਹੁਕਮ ਹੈ, ਹਥਿਆਰ ਬਣ ਕੇ ਹਜ਼ੂਰ ਆਉਣਾ, ਜੇ ਕੋ ਆਵੇ ਤਿਸਕੇ ਮਨੋਰਥ ਪੂਰੇ ਹੋਣਗੇ, ਮੇਰੀ ਖੁਸ਼ੀ ਹੈ, ਮਸੰਤ ਪੰਦਨੀ ਨਹੀਂ ਮਿਲਣਾ, ਹੋਰ ਜੋ ਆਵੇ ਸੋ ਮਿਲ ਲੈਣਾ, ਦੁਵੇਦ ਕਿਸੇ ਨਾਲ ਨਹੀਂ ਕਰਨੀ, ਪਿਆਰ ਕਰਨਾ ਰਿਜਕ ਮਿਲੇਗਾ, ਸਤ ਰਿਜਕ ਮਿਲੇਗਾ, ਭਾਈ ਟਹਲ ਸਿੰਘ ਜੀ ਮਤ ਧੀਰ, ਜੋ ਜੋ ਖਾਲਸਾ ਮੰਨੇਗਾ, ਰੁਪਿਆ ਮਾਇਆ ਛੱਲਾ ਜੋ ਦੇਵੇਗਾ ਸੋ ਨਿਹਾਲ ਹੋਵੇਗਾ, ਸੰਮਤ 1758 ਮਿੱਤੀ ਕੱਤਕ। ਇਹ ਹੁਕਮ ਇੱਥੇ ਦੇ ਸੰਗਤ ਨੂੰ ਦਸਵੰਤ ਬਾਰੇ ਵੀ ਗੁਰੂ ਸਾਹਿਬ ਨੇ ਪ੍ਰੇਰਿਤ ਕੀਤੇ ਹਨ ਕਿ ਆਪਣਾ ਦਸਵੰਤ ਭਾਈ ਜੋ ਟਹਲ ਸਿੰਘ ਜੀ ਹਨ ਇੱਥੇ ਦੇ ਰਹਿਣ ਵਾਲੇ ਸਨ ਉਹ ਇੱਥੇ ਆਏ ਸਨ, ਇਹਨਾਂ ਨੂੰ ਗੁਰੂ ਸਾਹਿਬ ਨੇ ਹੁਕਮਨਾਮਾ ਸਾਹਿਬ ਭੇਜੇ ਹਨ ਮਾਛੀ ਬਾਰੇ ਤੋਂ ਜੀ। ਅਤੇ ਇੱਕ ਹੁਕਮਨਾਮਾ ਸਾਹਿਬ
ਖੇਸਗੜ ਸਾਹਿਬ ਤੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਦੇ ਸੰਗਤ ਨੂੰ ਭੇਜੇ ਹਨ ਜੀ, ਆਪ ਜੀ ਦਰਸ਼ਨ ਕਰੋ ਜੀ। ਇੱਕ ਓਵੰਕਾਰ ਸਿਵ ਵਾਹਿਗੁਰੂ ਕੇ ਫਤਿਹ, ਸਿਵ ਵਾਹਿਗੁਰੂ ਕੇ ਪਿਆਰੇ, ਵਾਹਿਗੁਰੂ ਕੇ ਸਵਾਰੇ, ਵਾਹਿਗੁਰੂ ਸ੍ਰੀ ਜਨਮ ਧੰਨੇ ਜਨਮ ਤਨ ਧੰਨੇ ਪਰਉਪਕਾਰੀ ਸਨਮੁਖ ਦਰਬਾਰੀ ਉਜਲੇ ਦੀਦਾਰ ਗੁਰਬਾਣੀ ਹਿਤਕਾਰੀ ਜਿਨ ਮਿਲਿਆ ਜਿਤ ਹਜ਼ੂਰ ਚਿਤ ਆਵੇ ਲਿਖਤਮ ਸ੍ਰੀ ਕੇਸਗੜ ਦਰਬਾਰ ਤਖਤੇ ਸਰਬ ਸੁਖ ਆਨੰਦ ਸਰਬ ਚੌਕੀ ਹੈ ਨਿਵਾਜਨਾ ਜੀ, ਹਜ਼ੂਰ ਕੀ ਫਤਿਹ ਬੁਲਾਈ ਹੈ ਵਾਚਨੀ ਜੀ, ਇੱਥੇ ਸੁਖ ਹੈ ਸਤਿਗੁਰ ਜੀ ਤੁਸਾਨੂੰ ਰਾਜੀ ਰੱਖੇ ਜੀ। ਸਰਬਤ ਵਾਸੀ ਕੰਤ ਨਗਰ ਸੰਗਤ ਜੀ ਭਵਾਨੀਪੁਰ ਗੰਗਾ ਪ੍ਰਸਾਦ ਜ਼ਿਲ੍ਹਾ ਪੂਰਨੀਆ, ਸਰਬਤ ਖਾਲਸਾ ਜੀ ਵਾਹਿਗੁਰੂ ਜੀ ਵਾਸੀ ਹਜ਼ੂਰ ਖੁਸ਼ੀ ਹੋਈ, ਚਾਰੋ ਚੌਕੀ ਹਜ਼ੂਰ ਕਰਤੇ ਰਹਿਣਾ ਗੁਰੂ ਕਾ ਦਰਬਾਰ ਬਣਾਉਣਾ, ਸਿੱਖੋ ਕੀ ਟਹਿਲ ਕਰਤੇ ਰਹਿਣਾ ਗੁਰੂ ਜੀ ਰਾਜੀ ਰੱਖੇ ਜੀ। ਸਰਬਤ ਕਰ ਰਾਜੀ ਰੱਖੇ ਜੀ, ਸਤਿਗੁਰੂ ਜੀ ਹਜ਼ੂਰ ਮੇਂ ਲਿਖਾ ਖੁਸ਼ੀ ਹਜ਼ੂਰ ਕੀ ਨਿਹਾਲ ਹੋਏ, ਮੰਗਲ ਸਿੰਘ ਹਜ਼ੂਰ ਮੇਂ ਆਇਆ ਸਰਬਤ ਸੰਗਤ ਪਰ ਖੁਸ਼ੀ ਹੋਈ। ਮੰਗਲ ਸਿੰਘ ਇੱਥੇ ਦੇ ਰਹਿਣ ਵਾਲੇ ਸਨ ਜੋ ਗੁਰੂ ਸਾਹਿਬ ਦੇ ਨਾਲ ਰਹਿੰਦੇ ਸਨ, ਅੰਤਮ ਸਮਾਂ ਤੱਕ ਉਹ ਗੁਰੂ ਸਾਹਿਬ ਹਜ਼ੂਰ ਵਿੱਚ ਆਇਆ। ਗੁਰੂ ਜੀ ਜੋ ਹੈ ਆਪਣੇ ਸਾਹਮਣੇ ਇਹ ਚਿੱਠੀ ਜਿਹੜਾ ਹੁਕਮਨਾਮਾ ਹੈ ਇੱਥੇ ਦੇ ਸੰਗਤ ਤੋਂ ਭੇਜੇ ਹਨ, ਇਹ ਆਪ ਜੀ ਦਰਸ਼ਨ ਕਰੋ ਜੀ। ਅਤੇ ਅੰਤਮ ਸਮਾਂ ਜੋ ਗੁਰੂ ਸਾਹਿਬ ਦੇ ਸੱਚਖੰਡ ਹਜ਼ੂਰ ਸਾਹਿਬ ਜੋ ਸੀ ਉਹ ਆਪ ਜੀ ਨੂੰ ਦਰਸ਼ਨ ਕਰਨਾ ਹੈ ਜੀ। ਇਹ ਕੁਛ ਕਿਤ ਰੱਖਾ ਕੀ ਪਟਨਾ ਸਾਹਿਬ ਤੋਂ ਹੁਕਮਨਾਮਾ ਸਾਹਿਬ, ਇੱਕ ਤਖਤ ਪਟਨਾ ਸਾਹਿਬ ਅਤੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਵੀ ਹੁਕਮਨਾਮਾ ਸਾਹਿਬ ਇੱਥੇ ਦੇ ਸੰਗਤ ਨੂੰ ਭੇਜੇ ਹਨ। ਇਹ ਤਖਤ ਪਟਨਾ ਸਾਹਿਬ ਨੂੰ ਸੰਕਟ ਤੋਂ ਬਚਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹੌਰ ਐਲਾਨ ਨੰਬਰ 20 76 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹੌਰ ਉਦੋਂ ਹੋਇਆ ਕਰਦਾ ਸੀ 3/9/1930, ਕਰੀਬਨ 95 ਸਾਲ ਪਹਿਲਾਂ ਇਹ ਇੱਥੇ ਦੇ ਸੰਗਤ ਨੂੰ ਹੁਕਮਨਾਮਾ ਸਾਹਿਬ ਤਖਤ ਪਟਨਾ ਸਾਹਿਬ ਸੰਕਟ ਤੋਂ ਬਚਾਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹੌਰ ਐਲਾਨ ਨੰਬਰ 20, ਕਿਉਂਕਿ ਮਹੰਤ ਮੁਕੰਦ ਸਿੰਘ ਜੀ ਚੜ੍ਹਾਈ ਕਰ ਗਏ ਹਨ ਅਤੇ ਤਖਤ ਸਾਹਿਬ ਦੀ ਮਹੰਤੀ ਲਈ ਬਾਬਾ ਇੰਦਰ ਸਿੰਘ ਜੀ ਵੱਲੋਂ ਹਾਈ ਕੋਰਟ ਪਟਨਾ ਵਿੱਚ ਅਪੀਲ ਦਾਇਰ ਹੈ। ਗੁਰਦੁਆਰੇ ਦੇ ਪ੍ਰਬੰਧ ਲੋਕਲ ਸਿੰਘ ਸੰਗਤ ਦੇ ਹੱਥ ਵਿੱਚ ਹੈ, ਪਰੰਤੂ ਤਖਤ ਸਾਹਿਬ ਦੀ ਆਮਦਨੀ, ਜ਼ਮੀਨ ਦਾ ਮਾਮਲਾ, ਰਿਆਸਤਾਂ ਦੇ ਸਲਿਆਣੇ ਦੇ ਕਿਰਾਇਆ, ਮਕਾਨਾਤ ਰੁਕ ਗਈ ਹੈ। ਖਰਚ 400-500 ਰੁਪਇਆ ਮਹੀਨੇ ਦਾ ਹੋ ਰਿਹਾ ਹੈ, ਜੋ ਕਿ ਪੁਜਾਰੀਆਂ ਦੀ ਤਨਖਾਹ, ਦੋ ਵੇਲੇ 50 ਮਨੁੱਖਾਂ ਦੀ ਲੰਗਰ, ਕੜਾ ਪ੍ਰਸਾਦ, ਰੋਸ਼ਨੀ, ਮੁਰੰਮਤ, ਮਕਾਨਾਤ ਦੇ ਗੁਰਪੁਰਬ ਆਦਿ ਦਾ ਬਕਾਇਦਾ ਹੋ ਰਿਹਾ ਹੈ। ਇਸ ਲਈ ਸਭ ਸਿੰਘ ਸਭਾਵਾਂ, ਖਾਲਸਾ ਦੀਵਾਨਾ, ਅਕਾਲੀ ਜਥਿਆਂ ਅਤੇ ਸ੍ਰੀ ਗੁਰੂ ਕਲਗੀਧਰ ਦੇ ਸੱਚੇ ਪਾਤਸ਼ਾਹ ਜੀ ਦੇ ਪ੍ਰੇਮੀਆਂ ਦੀ ਸੇਵਾ ਵਿੱਚ ਬੇਨਤੀ ਹੈ, ਉਹ ਆਪੋ ਆਪਣੇ ਨਗਰਾਂ ਵਿੱਚ ਉੱਚਾ ਦੀਵਾਨ ਕਰਾ ਕਰ ਤਖਤ ਪਟਨਾ ਸਾਹਿਬ ਜੀ ਦੇ ਲੰਗਰ ਲਈ ਦਾਣੇ, ਆਟਾ, ਘੀ, ਦਾਲ, ਬਰਤਨ, ਪਿੱਤਲ ਦੀਆਂ ਪਰਾਤਾਂ, ਥਾਲੀਆਂ ਅਤੇ ਗਿਲਾਸ, ਸਫਾ ਦਰੀਆਂ, ਚਦਰਾਂ ਅਤੇ ਨਗਦ ਮਾਇਆ ਇਕੱਤਰ ਕਰਕੇ ਬਹੁਤ ਛੇਤੀ 77 ਸਿੱਖ ਪ੍ਰਚਾਰਕ ਸਭਾ ਪਟਨਾ ਸਿਟੀ ਦੇ ਪਤੇ ਪਰ ਸਿੱਧੇ ਭੇਜ ਦੇਣ ਜਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਕਲਕੱਤਾ ਅਥਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹੌਰ ਨੂੰ ਪੁਜਾ ਦੇਣ। ਤਖਤ ਸਾਹਿਬ ਨੂੰ ਇਸ ਵੇਲੇ ਸੰਕਟ ਤੋਂ ਬਚਾਉਣਾ ਸਿੱਖ ਮਾਤਾ ਦਾ ਪਵਿੱਤਰ ਫਰਜ਼ ਹੈ। ਦਾਸ 77 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਾਹੌਰ 3/9/1930, ਇਹ ਤਖਤ ਸਾਹਿਬ ਤੋਂ ਆਏ ਸਨ ਇੱਥੇ ਦੇ ਸੰਗਤ ਨੂੰ, ਅਤੇ ਇਹ ਹੁਕਮਨਾਮਾ ਸਾਹਿਬ ਦਰਬਾਰ ਸਾਹਿਬ ਤੋਂ ਸੰਮਤ ਨਾਨਕ ਸਾਹਿਬ 420 ਵਿਖੇ ਇੱਥੇ ਦੇ ਸੰਗਤ ਨੂੰ ਭੇਜੇ ਹਨ ਜੀ। ਇੱਕ ਓਮਕਾਰ ਸ੍ਰੀ ਵਾਹਿਗੁਰੂ ਜੀ ਕੇ ਪਤੇ ਦਰਬਾਰ ਮੇਂ ਤਿਉ ਦਰਬਾਰ ਸੱਚਖੰਡ ਵਸੇ ਨਿਰੰਕਾਰ ਲਕਸ਼ਮੀ ਜਾ ਕੇ ਖਰੀਦਵਾਰ ਐਸੇ ਸੱਚਖੰਡ ਵੇਕੁਮ ਧਾਮ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦਰਬਾਰ ਸ੍ਰੀ ਅੰਮ੍ਰਿਤਸਰ ਜੀ ਹਰਿਮੰਦਰ ਜੀ ਲਕਸ਼ਮੀਪੁਰ ਨਿਵਾਸੀ ਸੰਗਤ ਖਾਲਸਾ ਹੁਕਮ ਸਤਿਗੁਰ ਕਾ ਜੋ ਗੁਰੂ ਨਾਨਕ ਜਿਨ ਸੁਣੀਆਂ ਪੇਕਿਆ ਸੁਪੀ ਗੁਰਵਾਸਨਾ ਪਰਿਆਰੇ, ਤੁਸੀਂ ਮਹਾਵਾਰੀ ਸਿੰਘ ਸਭਾ ਬਣਾਈ, ਬਹੁਤ ਸ਼ੁਭ ਕਾਰਜ ਕੀਤਾ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰੀਆ, ਹੋਰ ਕੋਸ਼ਿਸ਼ ਕਰਕੇ ਸ੍ਰੀ ਅੰਮ੍ਰਿਤਸਰ ਜੀ ਸਤਿਗੁਰੂ ਦੇ ਦਰਸ਼ਨ ਨੂੰ ਜ਼ਰੂਰ ਆਉਣਾ, ਚੰਨ ਕਬੂਲ ਇੱਕ ਪੇੜਾ ਜਾਏ ਚੱਲ ਸਤਿਗੁਰ ਕੋਟ ਪੇੜਾ ਅੱਗੇ ਹੋ ਲੇਤ ਹੈ। ਇਹ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਲਾਹੌਰ ਹੋਇਆ ਕਰਦਾ ਸੀ, ਬਾਅਦ ਅਕਾਲੀ ਸਿੰਘ ਸਭਾ ਬਣਿਆ, ਉਦੋਂ ਫਿਰ ਉਹਨਾਂ ਨੇ ਇੱਥੇ ਸਦਾ ਪੱਤਰ ਸੰਗਤ ਨੂੰ ਭੇਜੇ ਨੇ ਕਿ ਆਪ ਜੀ ਉੱਥੇ ਆਓ, ਹੈ ਨਾ। ਉਹਨਾਂ ਨੂੰ ਫਿਰ ਇਹ ਅਸਥਾਨ ਤੋਂ ਬਹੁਤ ਪਹਿਲਾਂ ਤੋਂ ਹੈ,
ਪਰ ਉਹਨਾਂ ਨੇ ਬਹੁਤ ਬਾਅਦ ਵਿੱਚ ਇੱਥੇ ਸੰਗਤ ਨੂੰ ਭੇਜੇ ਨੇ ਕਿ ਆਪ ਜੀ ਇੱਥੇ ਦਰਬਾਰ ਸਾਹਿਬ ਬਣੇ ਹੈ ਅਤੇ ਸੰਗਤ ਲੈ ਕੇ ਜ਼ਰੂਰ ਆਇਆ ਕਰੋ ਜੀ। ਅਤੇ ਅੰਤਮ ਸਮਾਂ ਜੋ ਸੱਚਖੰਡ ਹਜ਼ੂਰ ਸਾਹਿਬ ਜੋ ਬੀਤਿਆ ਸੀ ਉਹ ਚਿੱਠੀ ਜੋ ਮੰਗਲ ਸਿੰਘ ਜੀ ਇੱਥੇ ਦੇ ਸੰਗਤ ਨੂੰ ਲਿਖੇ ਸਨ ਉਹ ਇਸ ਤਰ੍ਹਾਂ ਚਿੱਠੀ ਹੈ, ਸਾਰਾ ਦ੍ਰਿਸ਼ਟਾਂਤ ਇਹਦੇ ਵਿੱਚ ਹੈ ਅਤੇ ਕਿਸ ਤਰ੍ਹਾਂ ਪਠਾਨ ਆਇਆ ਸੀ ਸਾਰੇ ਕੁਝ ਆਪ ਜੀ ਪਹਿਲਾਂ ਦੱਸਿਆ ਹੈ, ਇਹ ਵੀ ਆਪ ਜੀ ਦਰਸ਼ਨ ਕਰੋ। ਇਹ ਜਿਹੜਾ ਚਿੱਠੀ ਸੀ ਜਿਹੜਾ ਓਰਿਜਨਲ ਉਹ ਇੱਕ ਆਇਆ ਸੀ ਨੇ ਇੱਥੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਤ੍ਰਿਲੋਚਨ ਸਿੰਘ ਜੀ ਉਹ ਉਹਨਾਂ ਦਾ ਪੁੱਤਰ ਪ੍ਰੋਫੈਸਰ ਦਰਸ਼ ਅਨੁਰਾਗ ਸਿੰਘ ਜੀ ਹੁਣ ਵੀ ਹੈ ਲੁਧਿਆਣੇ ਉਹਨਾਂ ਕੋਲ ਹੈ, ਉਹ ਇੱਥੋਂ ਲੁਕਾ ਕੇ ਲੈ ਗਿਆ ਸੀ ਅਤੇ ਉਹ ਉਹਨਾਂ ਦੇ ਕੋਲ ਹੈ, ਹਾਲੇ ਤੱਕ ਸਾਨੂੰ ਮਿਲਿਆ ਨਹੀਂ ਹੈ, ਕੇਸ ਚੱਲ ਰਿਹਾ ਹੈ। ਉਹ ਇੱਥੇ ਦੇ ਚਿੱਠੀ ਹੈ, ਇਹ ਉਹਨਾਂ ਨੇ ਇੱਕ ਜਿਹੜਾ ਪੰਜਾਬ ਟ੍ਰਿਬਿਊਨ ਛਾਪਿਆ ਸੀ ਉਹਦੇ ਵਿੱਚ ਲਿਖਿਆ ਹੈ ਕਿ ਮੈਨੂੰ ਉੱਥੇ ਸਿੱਖ ਨਿਊਜ਼ ਵਿੱਚ ਕਲਕੱਤੇ ਤੋਂ ਛਪਿਆ ਸੀ ਕਿ ਮੈਨੂੰ ਉੱਥੇ ਮਿਲਿਆ ਜੋ ਇਸ ਤਰ੍ਹਾਂ ਪਿਆ ਹੋਇਆ ਸੀ, ਪਰ ਉਹਨੇ ਇੱਥੋਂ ਲੁਕੋ ਕੇ ਲੈ ਗਿਆ ਹੈ, ਹੁਣ ਉਹਦੇ ਕੋਲ ਹਲੇ ਵੀ ਹੈ ਉਹ ਪੂਰਾ ਬਿਸ਼ਟਾਨ ਜੋ ਮੰਗਲ। ਬਹੁਤ ਬਹੁਤ ਧੰਨਵਾਦ ਮਹਾਰਾਜ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਆਪ ਜੀ ਨੇ ਸਾਰੇ ਇਤਿਹਾਸ ਜਾਣੂ ਕਰਾਇਆ ਇਸ ਨਗਰ ਦਾ, ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।